ਪੂਰਾ ਇਹ ਬਲੂ ਕੋਸਟਿਊਮ ਦੇ ਵਿੱਚ ਤਿਆਰ ਰਹੇ ਹੋ। ਉਸ ਤੋਂ ਬਾਅਦ 7 ਕਿਲੋ ਦਾ ਫਾਈਨਲ ਹੋਣਾ ਹੈ। ਪਹਿਲਾਂ ਬਰਾਊਨ ਮੈਡਲ ਕਰਾ ਦਈਏ, ਠੀਕ ਹੈ ਜੀ। ਓਕੇ ਗੋਲ ਭਾਈ, ਦੋ ਸੈਮੀਆਂ ਤੋਂ ਬਾਅਦ ਦੋ ਬਰਾਊਨ ਮੈਡਲ ਲਈ ਮੈਚ ਨੇ ਜਿਹੜੇ ਉਹ ਕਰਾ ਦਈਏ। ਇੱਕ ਹੀ ਹੋਣਾ, ਠੀਕ ਹੈ, ਇੱਕ ਮੁਕਾਬਲਾ ਜੀ। ਬਰਾਊਨ ਮੈਡਲ ਲਈ ਜਿਹੜਾ ਥਰਡ ਤੇ ਫੋਰਥ ਤੇ ਹੋਣਾ ਉਹ ਕਰਾ ਦਈਏ, ਠੀਕ ਹੈ ਜੀ। ਓਕੇ ਹਾਂਜੀ, ਰਿਸ਼ੀ ਰੈੱਡ ਕਾਸਟਿਊਮ ਦੇ ਵਿੱਚ ਤੇ ਨਾਲ ਕਾਰਤਿਕ, ਕਰਾਓ ਜੀ ਮੁਕਾਬਲਾ ਸ਼ੁਰੂ। ਵਾਹ ਜੀ ਵਾਹ, ਬੜਾ ਵਧੀਆ ਮੁਕਾਬਲਾ ਜਿਹੜਾ ਮੈਦਾਨ ਦੇ ਵਿੱਚ ਸ਼ੁਰੂ ਹੋਇਆ। ਰਿਸ਼ੀ ਪਹਿਲਵਾਨ ਅਖਾੜਾ ਬਾਗਵਾਨੀਆ ਹੈ, ਸੰਜੀਵ ਰਾਣਾ ਸਿੱਬਾ ਸਾਡਾ ਵੀਰ ਫੌਜੀ ਸਾਹਿਬ ਉਹਨਾਂ ਦਾ ਸਪੁੱਤਰ ਹੈ। ਬਹੁਤ ਵਧੀਆ ਜਿਹੜੀ ਮੁਕਾਬਲੇ ਜਿਹੜੇ ਚੱਲ ਰਹੇ ਹੈ, ਲਗਭਗ ਲੈ ਵੀ ਸ਼ਿਵ 3 ਕੁ ਮੁਕਾਬਲੇ ਬਾਕੀ ਹੈ। ਕਿੰਨੇ ਮੈਚ ਬਾਕੀ ਨੇ ਹਲੇ? ਸਾਡੇ ਆਰ ਰਵੀ ਸ਼ਰਮਾ, ਰਵੀ ਪਹਿਲਵਾਨ ਜੀ ਮੁੱਲਾ ਪ੍ਰਗਰੀਦਾਸ, ਗੋਲੂ ਪਹਿਲਵਾਨ ਜੀ ਮੁੱਲਾ ਪ੍ਰਗਰੀਦਾਸ, ਧਰਮਿੰਦਰ ਪਹਿਲਵਾਨ ਜੀ ਮੁੱਲਾ ਪ੍ਰਗਰੀਦਾਸ, ਕੁਲਤਾਰ ਪਹਿਲਵਾਨ ਜੀ, ਬਾਬਾ ਪੁੰਨਦਾਸ ਖੜਾ ਡੋਮਛੇੜੀ, ਬਾਪੂ ਸ਼ੇਰ ਸਿੰਘ ਜੀ ਮੁੱਲਾ ਪ੍ਰਗਰੀਦਾਸ, ਪੂਰੀ ਟੀਮ ਵੱਲੋਂ ਜਿੰਨੇ ਵੀ ਦਰਸ਼ਕ ਪੁੱਜੇ, ਜਿੰਨੇ ਵੀ ਪਹਿਲਵਾਨ ਪੁੱਜੇ, ਜਿੰਨੇ ਵੀ ਕੋਚਿਸ ਸਾਹਿਬਾਨ ਪੁੱਜੇ, ਸਾਰਿਆਂ ਦਾ ਤਾਂ ਦਿਲੋਂ ਧੰਨਵਾਦ ਹੈ। ਬਾਕੀ ਅਗਰ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਕਹਿੰਦੇ ਵੀ 2024 ਦੇ ਵਿੱਚ ਪੂਰੀ ਕਰ ਦਾਂਗੇ, ਪਰ ਮੇਰਾ ਖਿਆਲ ਹੈ ਵੀ ਲੱਗਦਾ ਨਹੀਂ ਕੋਈ ਕਮੀ ਪੇਸ਼ੀ ਛੱਡੀ ਹੋਊਗੀ। ਅਗਰ ਤੁਹਾਨੂੰ ਅੱਜ ਦੇ ਕੁਸ਼ਤੀ ਮੁਕਾਬਲਿਆਂ ਦਾ ਆਨੰਦ ਆਇਆ ਹੈ, ਇੱਕ ਵਾਰ ਤਾੜੀਆਂ ਲਾ ਦਿਓ ਜ਼ੋਰਦਾਰ, ਬਈ ਸਾਰੇ ਜਣੇ ਜ਼ੋਰਦਾਰ ਤਾੜੀਆਂ ਲਾ ਦਿਓ। ਬਹੁਤ ਬਹੁਤ ਧੰਨਵਾਦ ਹੈ। ਟੂ ਜ਼ੀਰੋ ਸਕੋਰ ਹੈ ਜੀ, ਨੋਟ ਕਰ ਲਓ। ਰੈਡ 2 ਤੇ 0 ਕਾਰਤਿਕ, ਰਿਸ਼ੀ 2 ਕਾਰਤਿਕ 0। ਹੁਣ ਜਿਹੜਾ ਮੁਕਾਬਲਾ ਹੋਣਾ ਜੀ ਨੋਟ ਕਰੋ, ਅਗਲੇ ਮੁਕਾਬਲੇ ਦੀ ਜਿਹੜੇ ਤਿਆਰੀ ਵਿੱਚ ਰਹਿਣਗੇ ਪਲੇਅਰ, ਵੰਸ਼ ਠਾਕੁਰ ਬਿਲਾਸਪੁਰ, ਰੁਦਰਾਕਸ਼ ਠਾਕੁਰ ਹਮੀਰਪੁਰ, ਬਹੁਤ ਵਧੀਆ ਜਿਹੜੇ ਮੁਕਾਬਲੇ ਹੈ। ਲਓ ਸ਼ਾਨਦਾਰ ਕੋਸ਼ਿਸ਼ ਹੈ ਰਿਸ਼ੀ, ਬਹੁਤ ਵਧੀਆ ਜਿਹੜੀ ਟੱਕਰ ਦੋਨੋਂ ਪਹਿਲਵਾਨਾਂ ਦਰਮਿਆਨ, ਤੇ ਆਪਾਂ ਵੇਖ ਰਹੇ ਵੀ 45 ਕਿਲੋ ਭਾਰ ਦੇ ਜਿਹੜੇ ਮੁਕਾਬਲੇ ਚੱਲ ਰਹੇ ਹੈ।
45 kg ਦੇ ਦੋਨੋਂ ਪਹਿਲਵਾਨ ਨੇ। ਹਾਂਜੀ ਹਾਂਜੀ ਠੀਕ ਹੈ ਜੀ, ਬਹੁਤ ਵਧੀਆ ਜਿਹੜੇ ਪਰਾਲੇ ਹੈ ਜਿੱਥੇ ਅੱਜ ਆਪਾਂ ਵੇਖ ਰਹੇ ਵੀ ਅੰਡਰ 14 ਦੀ ਜਿਹੜੀ ਚੈਂਪੀਅਨਸ਼ਿਪ ਚੱਲ ਰਹੀ ਹੈ। ਕੁਝ ਮੁਕਾਬਲੇ ਜਿਹੜੇ ਬਾਕੀ ਲਗਭਗ ਮੈਨੂੰ ਲੱਗਦਾ ਵੀ 8 ਮੈਚ ਜਿਹੜੇ ਮੁਕਾਬਲੇ ਜਿਹੜੇ ਬਾਕੀ ਨੇ 8 ਜਾਂ 9 ਮੁਕਾਬਲੇ ਬਣਨੇ ਆ। ਛੇ ਸੱਤ ਮੈਚ ਬਾਕੀ ਨੇ। ਬਹੁਤ ਵਧੀਆ ਜਿਹੜੇ ਮੁਕਾਬਲੇ ਜਿਹੜੇ ਚੱਲ ਰਹੇ ਅੱਜ ਪੰਜਾਬੀ ਲਾਈਵ ਟੀਵੀ ਦੇ ਦੁਨੀਆ ਜਿਹੜੀ ਟਗੋ ਟਗੀ ਇਸ ਚੈਂਪੀਅਨਸ਼ਿਪ ਦੇ ਨਾਲ ਇਸ ਬਾਲ ਕੇਸਰੀ ਦੀ ਟਾਈਟਲ ਨਾਲ ਜੁੜੀ ਹੋਈ ਹੈ। ਮੁੱਲਾਪੁਰ ਗਰੀਬਦਾਸ ਦੀ ਧਰਤੀ ਹੈ, ਵੱਡਾ ਕੁਸ਼ਤੀ ਦੇ ਮੁਕਾਬਲੇ ਜਿਹੜੇ ਕਰਵਾਏ ਜਾ ਰਹੇ ਹੈ। ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਿੱਥੇ ਕਹਿੰਦੇ ਵੀ ਪਰਿਵਾਰ ਦੇ ਭਾਗ ਸਕਦੇ ਵੀ ਸ਼ਹੀਦੀ ਦਿਹਾੜੇ ਜਿਹੜੇ ਚੱਲ ਰਹੇ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਅਤੇ 4 ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਣ ਜਿਹੜਾ ਇਹ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਵੱਡੀ ਦੇਣ ਹੈ ਇਸ ਇਲਾਕੇ ਦੇ ਜਿਹੜੇ ਬੱਚਿਆਂ ਦੇ ਲਈ, ਇੱਕ ਬਹੁਤ ਵੱਡਾ ਪਲੇਟਫਾਰਮ ਹੈ ਔਰ ਮੁਕਾਬਲਾ ਬੜਾ ਚੋਟੀ ਦਾ ਜਿਹੜਾ ਇਹਦੇ ਵਿੱਚ ਜਿਹੜੀ ਜਿੱਤ ਮਿਲਣ ਦਾ ਵੀ ਰਿਸ਼ੀ ਜਿੱਤ ਗਏ ਜੀ ਰੈੱਡ ਕੋਸਟਿਊਮ। ਰਿਸ਼ੀ ਤਾੜੀਆਂ ਮਾਰ ਦੋ ਰਿਸ਼ੀ ਨੇ ਇੱਕ ਵਾਰ ਦੱਬ ਕੇ ਸਾਰੀ ਸੰਗਤ ਜਿਹੜੀ ਮੈਚ